ਮਨ ਇੰਨਾ ਦੁਖੀ ਹੈ ਜੀ, ਅੱਜ ਸਾਨੂੰ 5 ਦਿਨ ਹੋ ਗਏ ਅਸੀਂ ਰੋਟੀ ਨਹੀਂ ਖਾਧੀ। ਸਾਡੇ ਚਿਹਰੇ 'ਤੇ ਇਹ ਰੌਣਕ ਸੀ ਵੀ ਸਾਡਾ ਹੀਰਾ ਤਾਂ ਸਾਡੇ ਪਿੰਡ ਜਾਊਗਾ, ਪਰ ਪਿੰਡ ਜਾਣ ਦੀ ਬਜਾਏ ਉਹਨੂੰ ਪਟਿਆਲਾ ਲਿਆ ਕੇ ਇੱਕ ਚੈਨੀ ਖੋਣ ਦਾ ਉੱਤੇ ਪਰਚਾ ਦਿੱਤਾ ਗਿਆ। ਮਨ ਇੰਨਾ ਦੁਖੀ ਹੈ ਜੀ, ਅੱਜ ਸਾਨੂੰ 5 ਦਿਨ ਹੋ ਗਏ ਅਸੀਂ ਰੋਟੀ ਨਹੀਂ ਖਾ ਕੇ ਦੇਖੀ। ਇੱਕ ਸਾਡੇ ਨਿੱਕੇ ਨਿੱਕੇ ਮਾਸੂਮ ਬੱਚਿਆਂ 'ਤੇ ਐਡਾ ਅੱਤਿਆਚਾਰ ਸਰਕਾਰ ਕਰ ਰਹੀ ਆ, ਸਾਡਾ ਅਸੀਂ ਸਾਥੋਂ ਬੋਲ ਨਹੀਂ ਨਿਕਲ ਰਿਹਾ। ਅਸੀਂ ਗੱਡੀਆਂ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਲੁਧਿਆਣਾ ਅਦਾਲਤ ਦੇ ਵਿੱਚੋਂ ਸਾਰਾ ਕੰਮ A to Z ਕਰਾ ਕੇ ਵਕੀਲ ਸਾਹਿਬ ਸਾਡੇ ਨਾਲ ਸੀ, ਸਾਡੇ ਚਿਹਰੇ 'ਤੇ ਇਹ ਰੌਣਕ ਸੀ ਵੀ ਸਾਡਾ ਹੀਰਾ ਅੱਜ ਸਾਡੇ ਪਿੰਡ ਜਾਊਗਾ, ਪਰ ਪਿੰਡ ਜਾਣ ਦੀ ਬਜਾਏ ਉਹਨੂੰ ਪਟਿਆਲਾ ਲਿਆ ਕੇ ਇੱਕ ਚੈਨੀ ਖੋਣ ਦਾ ਉੱਤੇ ਪਰਚਾ ਦਿੱਤਾ ਗਿਆ, ਧਾਰਾਂ ਲਾ ਕੇ ਵੀ ਉਹ ਕਿਤੇ ਬਾਹਰ ਨਾ ਆ ਜਾਏ। ਠੀਕ ਹੈ, ਮੈਂ ਇਹ ਐਡੀਆਂ ਗਿਰੀਆਂ ਹੋਈਆਂ ਸਰਕਾਰਾਂ, ਪਰ ਸਾਡਾ ਜਿਹੜਾ ਮਨ ਆ ਬਾਈ ਬਹੁਤ ਡੋਲ ਰਿਹਾ ਵੀ ਕਿਤੇ ਸਾਡਾ ਹੀਰਾ ਸਾਡੇ ਕੋਲੋਂ ਵਗ ਨਾ ਜਾਵੇ। ਸਵੇਰ ਦੀ ਬਾਈ ਇਕੱਲੀ ਚਾਹ ਪੀਤੀ ਹੋਈ ਆ, ਸਵੇਰ ਦੇ ਨਿਕਲੇ ਹੋਏ ਆ 4 ਵਜੇ ਦੇ, ਪਰ ਸਾਡਾ ਮਨ ਡੋਲਦਾ ਸੀ ਵੀ ਸਰਕਾਰਾਂ ਨੇ ਸਾਨੂੰ ਸਾਡਾ ਹੀਰਾ ਛੇਤੀ ਦੇਣਾ ਨਹੀਂ ਹੈਗਾ। ਜਿਹੜੀਆਂ ਧਾਰਾ ਲਾਈਆਂ ਇਹਨਾਂ ਨੇ 323, 341, ਜਿਹੜੀ 379B ਲਾਈ ਆ, ਇਹਦੇ ਵਿੱਚ ਛੇਤੀ ਬੇਲ ਨਹੀਂ ਹੁੰਦੀ, ਘੱਟ ਤੋਂ ਘੱਟ 3 ਮਹੀਨੇ ਤੋਂ ਪਹਿਲਾਂ ਇਹਦੀ ਬੇਲ ਨਹੀਂ ਹੈਗੀ। ਲੋਕਾਂ ਨੂੰ ਇਹੀ ਬੇਨਤੀ ਕਰਦਾ ਵੀ ਮਗਰੋਂ ਇਕੱਠ ਕਰਨ ਦਾ ਕੋਈ ਫਾਇਦਾ ਨਹੀਂ, ਮਗਰੋਂ ਫੁੱਲਾਂ 'ਤੇ ਜਾਣ ਦਾ ਕੋਈ ਫਾਇਦਾ ਨਹੀਂ। ਆਹੀ ਹੀਰਾ ਜੇ ਸਾਡਾ ਸਾਥੋਂ ਗੁੰਮ ਗਿਆ, ਸਾਥੋਂ ਮੈਂ ਕਹਿੰਦਾ ਵੀ ਇੱਦੂ ਵੱਡਾ ਪਾਪ ਹੋਰ ਕੋਈ ਹੋਣਾ ਨਹੀਂ। ਬਸ ਆਹੀ ਕਹਿਣਾ ਜੀ, ਇੱਦੂ ਬਾਅਦ ਬੋਲਿਆ ਨਹੀਂ ਜਾਂਦਾ। ਬੇਨਤੀ ਹੈ ਸਾਰਿਆਂ ਨੂੰ, ਪਿੰਡ ਦੇ ਵਿੱਚ ਜੀ ਐਂ ਮੰਨ ਲਓ ਸਾਰਾ ਪਿੰਡ ਸਾਡਾ ਜਿਹੜਾ ਪਿੰਡ ਆ ਬਹੁਤ ਸ਼ਾਨਦਾਰ ਪਿੰਡ ਆ, ਨਾ ਸਾਡੇ ਕੋਈ ਪਾਰਟੀ ਬਾਜੀ ਹੈ। ਠੀਕ ਹੈ, ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਲੋਕ, ਮੈਂ ਕਹਿੰਦਾ ਜਿੱਦੇ ਦਾ ਵੀਰ ਚੱਕਿਆ ਹੋਇਆ, ਰਾਤ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਲੱਡੂ ਵੀ ਵੰਡਾਂਗੇ ਜਾਂ ਸਾਡਾ ਭਾਈ ਜਾਊਗਾ, ਜਦੋਂ ਰਾਤ ਸਾਨੂੰ ਸਰਕਾਰਾਂ ਨੇ ਲਾਰੇ ਲਾ ਕੇ ਵੀ ਮਾਹੌਲ ਖਰਾਬ ਹੋ ਗਿਆ, ਮਾਹੌਲ ਖਰਾਬ ਹੋ ਜੂਗਾ ਜੇ ਤੁਸੀਂ ਅੱਜ ਲੈ ਕੇ, ਤੁਸੀਂ ਸਵੇਰੇ ਤੁਹਾਨੂੰ 11 ਵਜੇ ਨੂੰ ਦਿੱਤਾਂਗੇ। ਸਾਡਾ ਜਿਹੜਾ ਉਹ ਤਾਮਾ ਜਾਮਾ ਸੀ ਉਹ ਅਸੀਂ ਰਹਿ ਗਿਆ, ਅੱਜ ਉਹੀ ਉਸੇ ਤਰ੍ਹਾਂ ਹੀ ਅਸੀਂ ਅੱਜ ਤਾਮਾ ਜਾਮਾ ਫਿਰ ਬਣਿਆ ਵੀ ਸਾਡਾ ਭਾਈ ਆਊਗਾ, ਸਾਡਾ ਹੀਰਾ ਆਊਗਾ, ਪੰਜਾਬ ਦਾ ਹੀਰਾ ਆਊਗਾ, ਅਸੀਂ ਯਾਰ ਲੱਡੂ ਵੰਡਾਂਗੇ, ਸਾਡਾ ਭਰਾ ਸਾਡੇ ਘਰ ਆਊਗਾ। ਅੱਜ ਪਿੰਡ ਕੋਟ ਦੁੰਨੇ ਜਾਣ ਦੀ ਬਜਾਏ ਉਹ ਪਟਿਆਲਾ ਇੱਥੇ ਥਾਣੇ 'ਚ ਲਿਆ ਕੇ ਜੱਜ ਸਾਹਿਬ ਤੋਂ ਉਹਦਾ 3 ਦਿਨਾਂ ਦਾ ਰਿਮਾਂਡ ਹੋਰ ਮੰਗਿਆ ਵੀ ਚੈਨੀ ਖੋਣ ਦਾ ਉੱਤੇ ਪਰਚਾ ਦਿੱਤਾ ਗਿਆ। ਇੱਕ ਤਰ੍ਹਾਂ ਦੀ ਪਰਸਨਲ ਦੁਸ਼ਮਣੀ ਕੱਢਣ ਵਾਲਾ ਕੰਮ ਹੋਇਆ ਪਿਆ ਜੀ। ਠੀਕ ਹੈ, ਜੇ ਇੱਕ ਪਰਚਾ ਕਰਾਤਾ ਸੀ, ਇੱਕ ਇਹ ਸੁਣਨ 'ਚ ਗੱਲਾਂ ਆ ਰਹੀਆਂ ਨੇ ਕਿ ਕੁਛ ਨਾ ਕਸਰ ਰਹਿ ਗਈ ਲੁਧਿਆਣੇ ਜਿਹੜੀ ਹੁਣ ਸਰਕਾਰ ਹੋਰ ਕਢਾਉਣਾ ਚਾਹੁੰਦੀ ਹੈ। ਇਹ ਕੋਈ ਇੱਥੇ ਬਾਬਾ ਦੀਪ ਸਿੰਘ ਨਗਰ ਦਾ ਰਹਿਣ ਵਾਲਾ ਜੀ, ਕੋਈ ਇਹਦਾ ਨਾਮ ਆ ਸੁਖਦੇਵ ਸਿੰਘ। ਇਹ ਹੈ ਤਾਂ FIR ਇਹ 20 ਤਰੀਕ ਦੀ ਹੈ ਜੀ, 20 ਤਰੀਕ ਦੀ ਕੱਟੀ ਹੋਈ ਹੈ FIR। ਹਾਂਜੀ ਹਾਂ, ਮੇਰੇ ਇੱਕੋ ਮੇਲਾ ਦਾ FIR, ਇੱਕੋ ਦਿਨ 2 FIR ਕੱਟੀਆਂ ਗਈਆਂ। ਕਾਰਨ ਤਾਂ ਕਹਿੰਦੇ ਇਹਨਾਂ ਕਹਿੰਦੇ ਲੁੱਟ ਖੋਹ ਕਰੀਏ ਜੀ, ਤੁਹਾਨੂੰ ਲੱਗ ਰਿਹਾ ਕਿ ਕੋਈ ਲੁੱਟ ਖੋਹ ਵਾਲਾ ਕੋਈ ਇਹੋ ਜਿਹਾ ਕੋਈ ਸਿਸਟਮ ਕਰ ਸਕਦਾ ਭਾਨਾ ਸਿੱਧੂ? ਜਾਂ ਮੈਂ ਲੋਕਾਂ ਨੂੰ ਵੀ ਇਹ ਸਵਾਲ ਕਰਨਾ ਚਾਹੁੰਦਾ ਕਿ ਸਾਡਾ ਜਿਹੜਾ ਸਿਸਟਮ ਹੈ ਅਸੀਂ ਚਲਾਉਂਦੇ ਹਾਂ, ਸਾਡਾ ਅਸੀਂ ਪੰਜਾਬ ਦੇ ਪਹਿਲੇ ਨੰਬਰ ਦੇ ਯੂਟਿਊਬਰ ਹੈ। ਜਦੋਂ ਪੰਜਾਬ ਦੇ ਲੋਕਾਂ ਨੂੰ ਯੂਟਿਊਬ ਬਾਰੇ ਨਹੀਂ ਪਤਾ ਸੀਗਾ, ਸਾਰੇ ਇੱਕ ਯੂਥ, ਤੁਸੀਂ ਜਿਹੜੇ ਜਿੰਨੇ ਵੀ ਯੂਟਿਊਬਰ ਨੇ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ 'ਚ ਕੰਟੈਂਟ ਬਣਾਉਂਦੇ ਨੇ, ਤੁਸੀਂ ਉਹਨਾਂ ਨੂੰ ਔਨ ਰਿਕਾਰਡ ਜਾ ਕੇ ਪੁੱਛ ਵੀ ਸਕਦੇ ਹੋ ਕਿ ਤੁਹਾਨੂੰ ਯੂਟਿਊਬ 'ਤੇ ਚੈਨਲ ਬਣਾਉਣਾ, ਵੀਡੀਓ ਪਾਉਣੀਆਂ, ਇਨਕਮ ਕਿਵੇਂ ਆਉਂਦੀ ਹੈ, ਕਿਹਨੇ ਸਿਖਾਇਆ? ਸਾਡੀ
ਯੂਟਿਊਬ ਮੋਨੇਟਾਈਜ਼ ਆ, ਸਾਡਾ ਸਨੈਪਚੈਟ ਮੋਨੇਟਾਈਜ਼ ਆ, ਸਾਡਾ ਇੰਸਟਾਗ੍ਰਾਮ ਮੋਨੇਟਾਈਜ਼ ਆ, ਸਾਡੀ ਫੇਸਬੁੱਕ ਮੋਨੇਟਾਈਜ਼ ਆ, ਸਾਨੂੰ ਚਾਰੇ ਪਾਸਿਓਂ ਇਨਕਮ ਆਉਂਦੀ, ਅਸੀਂ ਉਹਦੀ ਮਿਹਨਤ ਕਰਦੇ ਹਾਂ, ਕੰਟੈਂਟ ਬਣਾਉਂਦੇ ਹਾਂ, ਜੋ ਵੀ ਹੈ, ਜੋ ਪਹਿਲਾਂ ਸਾਡੇ CM ਸਾਹਿਬ ਵੀ ਕਰਦੇ ਰਹੇ ਨੇ, ਭਾਰੀ ਨਹੀਂ ਪਏ ਬਾਈ ਜੀ, ਬੋਝ ਬਣ ਕੇ ਥੱਲੇ ਦੱਬ ਨੱਪ ਰਹੇ ਨੇ, ਇੱਕ ਏਜੰਟਾਂ ਦੇ ਪੈਸੇ ਬਣਾਉਣ ਮੜਵਾਉਣੇ ਅਤੇ ਲੋਕਾਂ ਦੀ ਆਵਾਜ਼ ਉਠਾਉਣੀ ਸਾਡੀ ਫੈਮਿਲੀ ਨੂੰ ਅਤੇ ਸਾਨੂੰ ਅਤੇ ਬਾਈ ਨੂੰ, ਇਹ ਮੰਨ ਲਓ ਕਿ ਸਾਡੇ ਉੱਤੇ ਇੱਕ ਵੱਡੇ ਪਹਾੜ ਦੀ ਤਰ੍ਹਾਂ ਸਾਨੂੰ ਨੀਚੇ ਕੁਚਲ ਰਹੀ। ਦੇਖੋ ਜੋ ਲੁਧਿਆਣਾ 'ਚ ਸੀਗਾ, ਲੁਧਿਆਣਾ 'ਚ ਜੋ ਕੁਛ ਹੋਇਆ ਉਹ ਸਾਰੀ ਮੀਡੀਆ ਦੇ ਵਿੱਚ ਆਈ ਗਿਆ, ਉਹ ਪਤਾ ਹੀ ਹੈ ਸਾਰੇ ਜਣੇ ਨੂੰ ਕਿ ਉੱਥੇ ਕੀ ਕੁਛ ਹੋਇਆ। ਅਤੇ ਹੁਣ ਪਟਿਆਲਾ ਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ, ਸਵੇਰੇ 11 ਵਜੇ ਤੱਕ ਇਹਨੇ ਜੇਲ੍ਹ 'ਚੋਂ ਲੈ ਕੇ ਆਏ ਹੋਏ ਨੇ, ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ, ਉਹਦੇ ਬਾਰੇ ਮੈਨੂੰ ਕੁਛ ਵੀ ਨਹੀਂ ਪਤਾ ਨਾ ਜੀ। ਦੇਖੋ ਮੈਂ ਸੁਣਨ 'ਚ ਆਇਆ, ਜਿਹੜੇ ਮੇਰੇ 2-4 ਮਿੱਤਰ ਨੇ ਉਹ ਕਹਿੰਦੇ ਵੀ ਪਰਚਾ ਵੀ ਖੁੱਲ੍ਹਾ, ਤੈਨੂੰ ਵੀ ਡਾਉਣਗੇ, 5-4 ਜਣੇ ਤੁਹਾਨੂੰ ਹੋਰ ਵੀ ਡਾਉਣਗੇ ਵਿੱਚ, ਠੀਕ ਹੈ। ਅਤੇ ਜੋ 2-4 ਬੰਦੇ ਸਾਡੇ ਗਏ ਆ, ਮੈਂ ਪੰਚਾਇਤ ਗਈ ਆ ਸਾਡੀ ਪਿੰਡ ਦੀ, ਉਹਨਾਂ ਨੇ ਪਹਿਲਾਂ ਸਦਰ 'ਚ ਪਤਾ ਕੀਤਾ, ਉਹ ਕਹਿੰਦੇ CI ਲੈ ਗਏ, CI ਪਤਾ ਕੀਤਾ, ਕਹਿੰਦੇ ਸਦਰ 'ਚ ਲੈ ਗਏ, ਬਸ ਆਹੀ ਉਹ ਉੱਥੇ ਫਿਰ ਸਦਰ 'ਚ ਗਏ, ਉਹ ਕਹਿੰਦੇ ਜੀ ਪੁਨਰਹੇੜੀ ਚੌਂਕੀ 'ਚ ਲੈ ਗਏ। ਕੋਈ ਮਾਮਲਾ ਸਮਝ ਨਹੀਂ ਆ ਰਿਹਾ ਬਾਈ ਕੀ ਹੋ ਰਿਹਾ, ਕਿ ਅੱਜ ਇਹ ਸਾਡੇ ਘਰ ਅੱਗ ਲੱਗੀ ਹੈ। ਮੈਂ ਇਹ ਗੱਲ ਕਹਿਣਾ ਕਿ ਆਉਣ ਵਾਲੇ ਟਾਈਮ 'ਚ ਇਹ ਅੱਗ ਪੰਜਾਬ ਦੇ ਹਰ ਇੱਕ ਘਰ 'ਚ ਲੱਗੂਗੀ। ਜਿਹੜਾ ਵੀ ਬੰਦਾ ਬੋਲੂ ਉਹਨੂੰ ਦੱਬਿਆ ਕੁਚਲਿਆ ਵੀ ਜਾਊਗਾ, ਜੋ ਆਪਣੀਆਂ ਹਰਕਤਾਂ ਤੋਂ ਆਵਾਜ਼ ਨਹੀਂ ਆਊਗਾ ਤਾਂ ਉਹਨੂੰ ਮਾਰ ਕੇ ਵੀ ਖਪਾਇਆ ਜਾਊਗਾ। ਇਹ ਪਹਿਲਾਂ ਵੀ ਹੋਇਆ ਪੰਜਾਬ ਨਾਲ, ਇਹ ਹੁਣ ਅੱਗੇ ਵੀ ਹੋਊਗਾ। ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਉੱਠ ਕੇ ਜਿਹੜਾ ਇਹ ਜ਼ਬਰ ਜ਼ੁਰਮ ਹੋ ਰਿਹਾ ਇਹਦੇ ਖਿਲਾਫ਼ ਲੜਨ ਦੀ ਹਿੰਮਤ ਕਰ ਲਓ, ਨਹੀਂ ਤਾਂ ਇਹ ਬਹੁਤ ਭਾਰੀ ਪੈਣਾ ਪੰਜਾਬ 'ਤੇ, ਬਹੁਤ ਭਾਰੀ ਪੈਣਾ ਨਜਾਇਜ਼। ਇਹ ਘਰ ਘਰ ਦੇ ਵਿੱਚ ਅੱਗ ਵੜ ਜਾਣੀ ਹੈ, ਹਰ ਇੱਕ ਨਾਲ ਆਈ ਹੋਣਾ।